ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੇਰਣਾ ਕੌਰ ਤੁਸੀ ਵੇਖ ਰਹੇ ਹੋ ਅਕਾਲ ਚੈਨਲ ਅਕਸਰ ਹੀ ਅਸੀਂ ਗੱਲ ਕਰਦੇ ਆਂ ਕਿ ਨੌਜਵਾਨ ਦੇਸ਼ ਛੱਡ ਕੇ ਆਪਣਾ ਵਿਦੇਸ਼ ਵੱਲ ਆਉਂਦੇ ਨੇ ਉਹ ਖੁਸ਼ੀ-ਖੁਸ਼ੀ ਕਰੋ ਨਿਕਲਦੇ ਨੇ ਕਿ ਵਿਦੇਸ਼ ਵੱਲ ਜਾਵਾਂਗੇ ਉੱਥੇ ਜਾ ਕੇ ਕੋਈ ਵਰਕ ਵੀਜ਼ੇ ਤੇ ਆਉਂਦਾ ਹੈ ਕੋਈ ਸਟੱਡੀ ਵੀਜ਼ੇ ਤੇ ਆਉਂਦਾ ਹੈ ਪਰ ਜਦੋਂ ਵਰਕ ਜਾਂ ਫਿਰ ਸਟੱਡੀ ਵੀਜ਼ੇ ਤੇ ਆਏ ਨੌਜਵਾਨ ਖੁਦ ਨਾ ਕਰੇ ਪਹੁੰਚਣ ਉਨਾ ਦੇ ਮਰਤਕ ਦੇਹਾਂ ਕਰੇ ਪਹੁੰਚਦੀਆਂ ਨੇ ਤਾਂ ਉਸ ਸਮੇਂ ਕੀ ਅਫਸੋਸ ਹੁੰਦਾ ਉਸ ਸਮੇਂ ਕੀ ਦੁੱਖ ਲੱਗਦਾ ਇਹ ਤਾਂ ਪਰਿਵਾਰਕ ਮੈਂਬਰ ਹੀ ਜਾਣਦੇ ਨੇ ਅਜਿਹੀ ਇੱਕ ਘਟਨਾ ਜਿਹੜੀ ਐ ਵੇਖਣ ਨੂੰ ਮਿਲੀ ਜੀ ਹਾਂ ਦੱਸ ਦਈਏ ਕਿ ਅਜਿਹੀ ਘਟਨਾ ਇੱਕ ਨੌਜਵਾਨ ਦੇ ਨਾਲ ਵਾਪਰੀ ਦੱਸ ਦਈਏ ਕਿ ਉਸ ਨੌਜਵਾਨ ਦਾ ਨਾਮ ਜੋ ਹੈ ਗੁਰਸ਼ਮਨ ਸਿੰਘ ਹੈ ਗੁਰਸ਼ਮਨ ਸਿੰਘ ਜੋ ਕਿ ਲੰਡਨ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਲਈ ਆਉਂਦਾ ਪਰ 14 ਤਰੀਕ ਤੋਂ ਬਾਅਦ ਭਾਵ 14 ਦਸੰਬਰ ਤੋਂ ਬਾਅਦ ਉਹ ਲਾਪਤਾ ਹੋ ਜਾਂਦਾ ਹੈ 15 ਦਸੰਬਰ ਤੋਂ ਉਹ ਲਗਾਤਾਰ ਲਾਪਤਾ ਚੱਲਦਾ ਹੈ 14 ਦਸੰਬਰ ਨੂੰ ਆਖਰੀ ਵਾਰ ਉਸਨੂੰ ਯੂਨੀਵਰਸਿਟੀ ਦੇ ਵਿੱਚ ਦੇਖਿਆ ਜਾਂਦਾ ਹੈ ਤੇ 15 ਦਸੰਬਰ ਤੋਂ ਉਹ ਲਾਪਤਾ ਜੋ ਹੈ ਘਰਾਰ ਕਰ ਦਿੱਤਾ ਜਾਂਦਾ ਹੈ ਹਰ ਪਾਸੇ ਸੋਸ਼ਲ ਮੀਡੀਆ ਤੇ ਉਸ ਦੀਆਂ ਤਸਵੀਰਾਂ ਹੁੰਦੀਆਂ ਨੇ ਅਖਬਾਰ ਦੀਆਂ ਸੁਰਖੀਆਂ ਦੇ ਵਿੱਚ ਉਸ ਦਾ ਜ਼ਿਕਰ ਹੁੰਦਾ ਪਰ ਸਮਾਂ ਬੀਤਦਾ ਜਾਂਦਾ ਹੈ ਅਤੇ ਕਿਸੇ ਤਰ੍ਹਾਂ ਦੀ ਬਹੁਤ ਕਹਿ ਸਕਦੇ ਕਿ ਢਿੱਲੀ ਕਾਰਵਾਈ ਥੋਦੀ ਯੂਕੇ ਦੀ ਸਰਕਾਰ ਦੇ ਵੱਲੋਂ ਵੇਖਣ ਨੂੰ ਮਿਲਦੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਜ਼ੋਰ ਵੀ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਰਸਾ ਜੀहां ਮਨਜਿੰਦਰ ਸਿੰਘ ਸਰਸਾ ਜੋ ਕਿ ਭਾਜਪਾ ਆਗੂ ਨੇ ਉਹਨਾਂ ਵੱਲੋਂ ਵੀ ਇਸ ਬਾਬਤ ਟਵਿੱਟਰ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਜੋ ਹੈ ਟਵੀਟ ਕੀਤਾ ਜਾਂਦਾ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਅਤੇ ਵਿਦੇਸ਼ ਮੰਤਰੀ ਨੂੰ ਵੀ ਜੋ ਹੈ ਬੇਨਤੀ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਹੁਣ ਜੋ ਵਿਦਿਆਰਥੀ ਜੋ ਯੂਕੇ ਦੇ ਵਿੱਚ ਲੰਡਨ ਦੇ ਲੰਡਨ ਦੇ ਇੱਕ ਕਾਲਜ ਦੇ ਵਿੱਚ ਪੜ੍ਹਾਈ ਕਰਨ ਲਈ ਆਇਆ ਸੀ ਉਸ ਨੂੰ ਪਹਿਲਾਂ ਲਾਪਤਾ ਕਰਾਰ ਦਿੱਤਾ ਜਾਂਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਬੀਤੇ ਕੁਝ ਸਮੇਂ ਬਾਅਦ ਜੋ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਹੁੰਦੀ ਹੈ ਪੁਲਿਸ ਅਧਿਕਾਰੀ ਜਾਂਚ ਕਰਦੇ ਨੇ ਯੂਕੇ ਦੀ ਪੁਲਿਸ ਇੱਥੇ ਦੀ ਜਾਂਚ ਕਰਤਾ ਟੀਮਾਂ ਜਿਹੜੀਆਂ ਨੇ ਜਾਂਚ ਕਰਦੀਆਂ ਨੇ ਤਾਂ ਪਾਇਆ ਜਾਂਦਾ ਹੈ ਕਿ ਇਹ ਨੌਜਵਾਨ ਜੋ ਹੈ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਇਸ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਮ੍ਰਿਤਕ ਕੌਸ਼ਿਤ ਕਰ ਦਿੱਤਾ ਜਾਂਦਾ ਹੈ ਇਸ ਨੌਜਵਾਨ ਨੂੰ ਦੱਸ ਗਏ ਕਿ ਇਹ ਨੌਜਵਾਨ ਜੋ ਹੈ ਪੂਰਬੀ ਲੰਡਨ ਕੈਨਰੀ ਵਰਫ ਦੇ ਸਾਈਡ ਆਖਰੀ ਵਾਰ ਇਸ ਨੂੰ ਦੇਖਿਆ ਗਿਆ ਸੀ 15 ਦਸੰਬਰ ਤੋਂ ਇਹ ਲਾਪਤਾ ਦੱਸਿਆ ਜਾ ਰਿਹਾ ਹੈ ਜੀ ਹਾਂ ਇਸ ਨੂੰ ਲੈ ਕੇ ਭਾਜੀਪੀ ਆਗੂ ਮਨਜਿੰਦਰ ਸਿੰਘ ਸਰਸਾ ਉਹਨਾਂ ਦੀ ਵੀ ਇੱਕ ਵੀਡੀਓ ਕਲਿੱਪ ਸਾਹਮਣੇ ਆਈ ਹੈ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਮ੍ਰਿਤਕ ਨੌਜਵਾਨ ਕਿੱਥੋਂ ਮਿਲਿਆ ਕਿਸ ਹਾਲਾਤਾਂ ਚ ਮਿਲਿਆ ਆਓ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਕਿ ਆਖਰਕਾਰ ਉਹ ਇਸ ਨੂੰ ਲੈ ਕੇ ਕੀ ਕਹਿ ਰਹੇ ਨੇ ਬੜੀ ਹੀ ਦੁਖਦਾਈ ਖਬਰ ਆ ਜੀਐਸ ਪਾਰਟੀ ਆ ਇੱਕ ਨੌਜਵਾਨ ਜੋ ਇੰਗਲੈਂਡ ਅੰਦਰ ਪੋਸਟ ਗ੍ਰੈਜੂਏਸ਼ਨ ਕਰਨ ਗਏ ਸੀ ਲਵbro ਯੂਨੀਵਰਸਿਟੀ ਅੰਦਰ ਪੜ੍ਹ ਰਹੇ ਸੀ ਔਰ ਪਿਛਲੇ 15 ਦਸੰਬਰ ਤੋਂ ਲਾਪਤਾ ਸੀ ਅਸੀਂ ਸਾਰੇ ਫੋਲੋ ਕਰ ਰਹੇ ਸੀ ਉਹਨਾਂ ਦੇ ਕੇਸ ਨੂੰ ਹੁਣੇ-ਹੁਣੇ ਮੈਟਰੋਪੋਲੀਟਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਬਾਡੀ ਕਨੇਰੀ ਰੈਫ ਦੇ ਆਸ-ਪਾਸ ਇੱਕ ਲੇਖ ਦੇ ਅੰਦਰ ਮਿਲੀ ਆ ਔਰ ਉਹਨਾਂ ਦਾ ਮੰਨਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਮੁਤਾਬਕ ਉਹਨਾਂ ਨੇ ਆਪ ਉਹਦੇ ਅੰਦਰ ਕੁਦੇ ਆ। ਇਹਦੀ ਜਾਣਕਾਰੀ ਤੇ ਇਨਵੈਸਟੀਗੇਸ਼ਨ ਚ ਪਤਾ ਲੱਗੇਗੀ। ਪਰ ਬਹੁਤ ਹੀ ਸਾਨੂੰ ਸਾਰਿਆਂ ਨੂੰ ਦੁੱਖ ਹੋਇਆ ਇਸ ਗੱਲ ਨੂੰ ਜਾਣ ਕੇ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਨੂੰ ਅਸੀਂ ਬੜਾ ਕਾਲ ਫੋਲੋਅ ਅਪ ਕਰਕੇ ਵਿਦੇਸ਼ ਮੰਤਰੀ ਜੀ ਦੇ ਮਾਧਿਅਮ ਤੋਂ ਵੀਜ਼ਾ ਵੀ ਤੋਂ ਆਇਆ ਰਾਤ ਦੀ ਫਲਾਈਟ ਲੈ ਕੇ ਚੱਲ ਵੀ ਰਹੀ ਸੀ ਔਰ ਦੁਬਈ ਪਹੁੰਚੇ ਸੀ ਤੇ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ। ਮੈਂ ਉਸ ਪਰਿਵਾਰ ਦੇ ਨਾਲ ਆਪਣੀ ਸਮੇਤਨਾ ਪ੍ਰਗਟ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਵਿਦੇਸ਼ ਮੰਤralਿਆ ਜਲਦੀ ਉਹਨਾਂ ਦੀ ਬੋਡੀ ਨੂੰ ਇੰਡੀਆ ਲਿਆਉਣ ਦਾ ਵੀ ਇੰਤਜ਼ਾਮ ਕਰਾਏ ਔਰ ਪਿਤਾ ਮਾਪਾ ਵਾਸਤੇ ਬੋਡੀ ਦੁੱਖ ਦੀ ਘੜੀ ਅਸੀਂ ਸਾਰੇ ਉਹਨਾਂ ਦੇ ਇਸ ਇਸ ਦੁੱਖ ਦੀ ਘੜੀ ਚੋਂ ਦੇ ਨਾਲ ਖੜੇ ਹਾਂ ਤਾਂ ਤੁਸੀਂ ਵੀਡੀਓ ਕਲਿੱਪ ਸੁਣ ਚੁੱਕੇ ਹੋ ਮਨਜਿੰਦਰ ਸਿੰਘ ਸਿਰਸਾ ਦਾ ਇਸ ਨੂੰ ਲੈ ਕੇ ਕੀ ਕਹਿਣਾ ਉਹ ਵੀ ਸੁਣਿਆ ਉਹਨਾਂ ਦਾ ਮੰਨਣਾ ਹੈ ਕਿ ਜੋ ਇੱਥੋਂ ਦੀ ਪੁਲਿਸ ਕਹਿ ਰਹੀ ਹੈ ਜਾਂਚ ਕਰਤਾ ਟੀਮ ਕਹਿ ਰਹੀ ਹੈ ਕਿ ਨੌਜਵਾਨ ਦੇ ਵੱਲੋਂ ਨਹਿਰ ਦੇ ਵਿੱਚ ਖੁਦ ਛਾਲ ਮਾਰੀ ਗਈ ਜਦ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਹਾਲੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਉੱਥੇ ਹੀ ਦੂਜੇ ਪਾਸੇ ਪਰਿਵਾਰ ਦੇ ਉੱਤੇ ਜੋ ਹੈ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਬੋਝ ਆ ਚੁੱਕਿਆ ਹੈ ਤੇ ਪਰਿਵਾਰ ਇਸ ਸਮੇਂ ਪੂਰੇ ਸਦਮੇ ਦੇ ਵਿੱਚ ਹੈ ਪਿਤਾ ਅਤੇ ਫੁੱਫੜ ਦੀ ਜੋ ਹੈ ਉਹਨਾਂ ਦੇ ਜੋ ਰਿਲੇਟਿਵ ਸੀ ਉਹਨਾਂ ਦੀ ਵੀ ਲੰਡਨ ਦੀ ਟਿਕਟਾਂ ਕਰਾ ਦਿੱਤੀਆਂ ਗਈਆਂ ਸੀ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਵਿਦੇਸ਼ ਮੰਤਰੀ ਨਾਲ ਜੋ ਹੈ ਗੱਲ ਕਰਕੇ ਉਹਨਾਂ ਦਾ ਵੀਜ਼ਾ ਲਗਵਾਇਆ ਗਿਆ ਉੱਥੋਂ ਦੀਆਂ ਟਿਕਟਾਂ ਵੀ ਲਵਾ ਦਿੱਤੀਆਂ ਗਈਆਂ ਪਰ ਅਫਸੋਸ ਦੀ ਗੱਲ ਖਬਰ ਆ ਜਾਂਦੀ ਹੈ ਕਿ ਉਹਨਾਂ ਦਾ ਜੋ ਗੱਭਰੂ ਜਵਾਨ ਪੁੱਤ ਜੋ ਵਿਦੇਸ਼ ਦੇ ਵਿੱਚ ਤਰੱਕੀਆਂ ਕਰਨ ਲਈ ਆਇਆ ਸੀ ਉਹ ਇਸ ਦੁਨੀਆ ਤੋਂ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਕਾਰਨ ਕੀ ਰਹੇ ਇਹ ਤਾਂ ਨਹੀਂ ਜਾਣਦੇ ਇਸ ਬਾਰੇ ਹਲੇ ਕੋਈ ਪੁਖਤਾ ਜਾਣਕਾਰੀ ਤਾਂ ਸਾਹਮਣੇ ਨਹੀਂ ਆ ਪਾਈ ਹੈ ਪਰ ਅਕਸਰ ਹੀ ਇਹ ਵੇਖਿਆ ਜਾਂਦਾ ਹੈ ਕਿ ਇਹ ਕੈਨੇਡਾ ਦੀ ਧਰਤੀ ਹੋਵੇ ਜਾਂ ਯੂਕੇ ਦੀ ਧਰਤੀ ਹੋਵੇ ਜਾਂ ਵੱਖੋ-ਵੱਖ ਹੋਰ ਵਿਦੇਸ਼ ਹੋਣ ਅਕਸਰ ਹੀ ਅਜਈਆਂ ਮੰਦਭਾਗੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਕਿ ਆਏ ਦਿਨ ਕੋਈ ਨਾ ਕੋਈ ਅਜਿਹੀ ਵਾਰਦਾਤ ਸੁਣਨ ਨੂੰ ਮਿਲਦੀ ਹੈ ਕਿ ਪੰਜਾਬੀ ਗੱਭਰੂ ਖਾਸ ਕਰਕੇ ਪੰਜਾਬੀ ਨੌਜਵਾਨ ਜਿਹੜੀ ਹੈ ਪੀੜ੍ਹੀ ਜੇਕਰ ਉਹਨਾਂ ਦੀ ਗੱਲ ਕਰੀਏ ਨੌਜਵਾਨ ਪੀੜ੍ਹੀ ਜੋ ਹੈ ਕਿਸੇ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਂਦੀ ਹੈ ਕਿਸੇ ਦਾ ਮੌਸਮ ਕਰਕੇ ਵੱਖੋ-ਵੱਖ ਕਾਰਨਾ ਕਰਕੇ ਜੋ ਹੈ ਸਾਹਮਣੇ ਆਉਂਦੇ ਨੇ ਕਿ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਅੰਤ ਵਿੱਚ ਘਰੇ ਪਹੁੰਚਦਿਆਂ ਨੇ ਮ੍ਰਿਤਕ ਦੇ ਹਾਂ ਲਾਸ਼ਾਂ ਸੁਨੰਦ ਦੇ ਵਿੱਚ ਜਿੰਨਾ ਹੀ ਇਹ ਗਮਗੀਨ ਹੈ ਅਫਸੋਸਜਨਕ ਹੈ ਉਨਾ ਹੀ ਪਰਿਵਾਰਕ ਮੈਂਬਰਾਂ ਤੇ ਸਮੇਂ ਦੁੱਖ ਦਾ ਪਹਾੜ ਟੁੱਟਿਆ ਹੋਇਆ ਹੈ ਸੋਚੋ ਉਹਨਾਂ ਮਾਵਾ ਦੇ ਬਾਰੇ ਜਿਸ ਉਸਮਾਨ ਨੇ ਕਿੰਨਾ ਜਿਗਰਾ ਕਰਕੇ ਆਪਣੇ ਪੁੱਤ ਨੂੰ ਵਿਦੇਸ਼ ਭੱਲਿਆ ਹੋਵੇਗਾ ਵਿਦੇਸ਼ ਭੇਜਣ ਤੋਂ ਬਾਅਦ ਜਦੋਂ ਉਹਨੇ ਉਸਦੀ ਮ੍ਰਿਤਕ ਦੇਹ ਘਰੇ ਪਹੁੰਚੀ ਹੋਵੇ ਤਾਂ ਉਸ ਮਾ ਦਾ ਕੀ ਹਾਲ ਹੋ ਰਿਹਾ ਹੋਵੇਗਾ ਪਰ ਇੱਥੇ ਜੋ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਛਾਲ ਮਾਰੀ ਗਈ ਖੁਦ ਛਾਲ ਮਾਰੀ ਗਈ ਵਿਦਿਆਰਥੀ ਦੇ ਵੱਲੋਂ ਨੌਜਵਾਨ ਦੇ ਵੱਲੋਂ ਇਸ ਬਾਰੇ ਅਸੀਂ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਜੇਕਰ ਅਜਿਹਾ ਵੀ ਹੈ ਤਾਂ ਇਸ ਪਿੱਛੇ ਕੀ ਕਾਰਨ ਰਹੇ ਹੋਣਗੇ ਇਸ ਦੇ ਬਾਰੇ ਜਿੱਦਾਂ ਹੀ ਸਾਡੇ ਕੋਲ ਵਧੇਰੇ ਜਾਣਕਾਰੀ ਆਉਂਦੀ ਹੈ ਜਰੂਰ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਦੱਸਦੀ ਕਿ ਇਸ ਨੌਜਵਾਨ ਦੇ ਬਾਰੇ ਇਹ ਗੱਲ ਸੁਣਨ ਤੋਂ ਬਾਅਦ ਬੇहद ਦੁੱਖ ਵੀ ਹੈ ਅਤੇ ਏ ਵੀ ਕਹਿ ਸਕਦੇ ਆ ਕਿ ਪਰਿਵਾਰ ਦੇ ਵਿੱਚ ਪੂਰਾ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਤੇ ਲਗਾਤਾਰ ਜੋ ਇੱਕ ਬੇਨਤੀ ਵੀ ਪ੍ਰਧਾਨ ਮੰਤਰੀ ਦੇ ਨੂੰ ਕੀਤੀ ਜਾ ਰਹੀ ਹੈ ਕਿ ਹੁਣ ਮ੍ਰਿਤਕ ਦੇ ਜੋ ਹੈ ਨੌਜਵਾਨ ਦੀ ਮ੍ਰਿਤਕ ਦੇ ਉਹ ਜਲਦ ਤੋਂ ਜਲਦ ਵਾਪਸ ਉਹਨਾਂ ਦੇ ਦੇਸ਼ ਭਾਵ ਇੰਡੀਆ ਪੰਜਾਬ ਜੋ ਹੈ ਵਾਪਸ ਲਿਆਉਣ ਦੇ ਜੋ ਹੈ ਯਤਨ ਕੀਤੇ ਜਾਣ ਇੰਤਜ਼ਾਮ ਕੀਤੇ ਜਾਣ ਤੁਸੀਂ ਕੀ ਕਹੋਗੇ ਇਸ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਮਿਲਦੇ ਆਂ ਚਲਦੀ ਨਵੀਂ ਅਪਡੇਟ ਲੈ ਕੇ ਹੁਣ ਦੇ ਇਜਾਜ਼ਤ ਧੰਨਵਾਦ